ਕਮਿਸ਼ਨ ਆਈ ਸੀ ਕਿ ਤਿੰਨ ਬੰਦੇ ਨੇ ਜਿਨ੍ਹਾਂ ਦੇ ਨਾਮ ਧਨੰਤਰ ਸਿੰਘ, ਪਰਮਿੰਦਰ ਸਿੰਘ ਤੇ ਰਣਜੀਤ ਸਿੰਘ ਹੈ, ਕਿ ਇਹ ਤਿੰਨੋਂ ਜਾਲੀ ਕਰੰਸੀ ਇਹਨਾਂ ਕੋਲ ਪੋਜੀਸ਼ਨ 'ਚ ਹੈਗੀ ਹੈ ਅਤੇ ਯੂਜ਼ ਕਰਨ ਦੀ ਕੋਸ਼ਿਸ਼ ਕਰਨਗੇ ਕਿਤੇ। ਸੋ ਉਸ ਇਨਫੋਰਮੇਸ਼ਨ ਦੇ ਬੇਸਿਸ 'ਤੇ ਪਰਚਾ ਦਰਜ ਕਰਕੇ ਇਹਨਾਂ ਨੇ ਇੱਕ ਬੰਦਾ ਫੜਿਆ, ਉਹਦੇ ਕੋਲ ਰਿਕਵਰੀ ਸੀ 8400 ਦੀ ਇਨੀਸ਼ੀਅਲ ਰਿਕਵਰੀ ਸੀ। ਉਸ ਤੋਂ ਬਾਅਦ ਜਿਹੜੇ ਬਾਕੀ ਦੋਸ਼ੀ ਸੀ ਉਹ ਵੀ ਫੜੇ ਗਏ ਅਤੇ ਟੋਟਲ ਜਿਹੜੀ ਰਿਕਵਰੀ ਇਹਦੇ 'ਚ ਹੋਈ ਹੈ 2,55,800 ਰੁਪਏ ਦੀ ਹੋਈ ਹੈ। ਅਤੇ ਇਹਦੇ ਨਾਲ ਜਿਹੜਾ ਉਹ ਪ੍ਰਿੰਟਰ ਸਕੈਨਰ ਯੂਜ ਕਰਦੇ ਸੀ ਉਹ ਵੀ ਨਾਲ ਰਿਕਵਰ ਹੋਇਆ, ਅਤੇ ਜਿਹੜਾ ਕਟਰ ਉਹ ਯੂਜ ਕਰਦੇ ਸੀ ਉਹ ਵੀ ਅਸੀਂ ਰਿਕਵਰ ਕੀਤਾ। ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ, ਦੋ ਬੰਦਿਆਂ ਦੇ ਪਹਿਲਾਂ NDPS ਦੇ ਪਰਚੇ ਦਰਜ ਨੇ ਅਤੇ ਇੱਕ ਬੰਦੇ ਦਾ ਕ੍ਰਿਮੀਨਲ ਰਿਕਾਰਡ ਕਲੀਨ ਹੈ। ਇਹ ਜਿਹੜੇ ਧਨੰਤਰ ਸਿੰਘ ਹੈ ਇਹਨਾਂ ਦਾ ਢਾਬਾ ਹੈ, ਢਾਬੇ ਦਾ ਕੰਮ ਕਰਦਾ ਹੈ, ਅਤੇ ਜਿਹੜਾ ਪਰਮਿੰਦਰ ਹੈ ਉਹ ਲੇਬਰ ਦਾ ਕੰਮ ਕਰਦਾ ਹੈ, ਅਤੇ ਰਣਜੀਤ ਜਿਹੜਾ ਉਹ ਪਲੰਬਰ ਦਾ ਕੰਮ ਕਰਦਾ। ਸੋ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨਾਂ ਨੂੰ ਉਸ ਤੋਂ ਬਾਅਦ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਊਗੀ। ਇੱਕ ਤਾਂ ਇਹਦਾ ਸੋਰਸ ਐਸਟੈਬਲਿਸ਼ ਕੀਤਾ ਜਾਊਗਾ ਕਿ ਕਿੱਥੋਂ ਇਹ ਕਰੰਸੀ ਲੈ ਕੇ ਆਏ ਸੀ ਅਤੇ ਕਿਵੇਂ ਇਹਨੂੰ ਯੂਜ਼ ਕਰਦੇ ਸੀ, ਅਤੇ ਕਿੱਥੇ ਕਿੱਥੇ ਇਹਨਾਂ ਨੇ ਯੂਜ਼ ਕੀਤੀ ਹੈ, ਅਤੇ ਕੋਈ ਇਲੀਗਲ ਇਹਦੇ ਨਾਲ ਪਰਚੇਸ ਤਾਂ ਨਹੀਂ ਕੀਤੀ ਗਈ ਇਸ ਪੈਸੇ ਨਾਲ। ਸਰ ਹੁਣ ਤੱਕ ਕਿੰਨੀ ਦੇਰ ਤੋਂ ਕਰ ਰਹੇ ਸੀ ਸਰ? ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਹਜੇ ਇਨਵੈਸਟੀਗੇਸ਼ਨ ਕਰਾਂਗੇ, ਉਹਦੇ 'ਚ ਕਲੀਅਰ ਹੋਊਗਾ ਕਿ ਕਦੋਂ ਤੋਂ ਇਹ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਅਤੇ ਕਿੰਨੀ ਦੇਰ ਹੋ ਗਈ ਇਸ ਕੰਮ ਨੂੰ ਕਰਦੇ ਅਤੇ ਕਿੱਥੇ ਕਿੱਥੇ ਇਹਨਾਂ ਨੇ ਪੈਸੇ ਯੂਜ਼ ਕੀਤੇ। ਸਰ ਪ੍ਰਿੰਟਰ ਤੁਸੀਂ ਨਾਲ ਫੜਿਆ ਅਤੇ ਇੱਕ ਪਾਸੇ ਤੁਸੀਂ ਬਾਹਰੋਂ ਆਈ ਹੈ, ਇੱਕ ਰਸਤੇ ਕਿਵੇਂ ਪਤਾ ਚੱਲਦੀ ਪ੍ਰਿੰਟਰ ਤੋਂ ਹੀ ਪ੍ਰਿੰਟ ਹੋਈ ਹੈ ਜਾਂ ਬਾਹਰੋਂ ਆਈ? ਪ੍ਰਿੰਟਰ ਨਾਲ ਤਾਂ ਉਹ ਰੀਪ੍ਰੋਡਿਊਸ ਕਰਦੇ ਸੀ ਜੀ ਜਿਹੜੇ ਨੋਟ ਬਾਅਦ 'ਚ ਬਣਾਉਣੇ। ਸੋ ਇਨੀਸ਼ੀਅਲ ਟੈਂਪਲੇਟ ਉਹਨਾਂ ਕੋਲ ਕਿੱਥੋਂ ਆਇਆ ਜਿਹਦੇ ਨਾਲ ਉਹ ਬਣਾਉਂਦੇ ਸੀ ਉਹ ਪਤਾ ਕਰਨਾ। ਹਾਂਜੀ, ਇੱਕ ਸਦਰ ਬੁਢਲਾਡਾ ਵਿੱਚ ਪਰਚਾ ਦਰਜ ਕੀਤਾ ਗਿਆ, 2000 ਨਸ਼ੀਲੀਆਂ ਗੋਲੀਆਂ ਰਿਕਵਰ ਕੀਤੀਆਂ ਗਈਆਂ, ਉਹਦੇ 'ਚ ਤਿੰਨ ਬੰਦੇ ਨੇ, ਸੁਖਪਾਲ ਸਿੰਘ, ਤਰਸੇਮ ਸਿੰਘ ਅਤੇ ਮਨਜੋਤ ਸਿੰਘ। ਇਹਨਾਂ ਦੇ ਪੋਜੀਸ਼ਨ 'ਚੋਂ 2000 ਨਸ਼ੀਲੀਆਂ ਗੋਲੀਆਂ ਰਿਕਵਰ ਹੋਈਆਂ। ਇਹਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹ ਇਨੀਸ਼ੀਅਲ ਸਟੇਜ ਵਿੱਚ ਹੈ ਜੋ ਇਨਵੈਸਟੀਗੇਸ਼ਨ। ਇਹਨਾਂ 'ਤੇ ਕਿੰਨੇ ਪਰਚੇ ਦਰਜ ਨੇ, ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਕੀ ਹੈ, ਪਹਿਲਾਂ ਇਹਨਾਂ 'ਤੇ ਕਿੰਨੀ ਦੇਰ ਦਾ ਇਹ ਕੰਮ ਕਰਦੇ ਆ ਰਹੇ, ਕਿੱਥੋਂ ਇਹ ਲੈ ਕੇ ਆਏ ਨੇ, ਕਿਹਨੂੰ ਕਿਹਨੂੰ ਅੱਗੇ ਸਪਲਾਈ ਕਰਦੇ ਸੀ, ਉਹ ਸਾਰੀ ਚੇਨ ਐਸਟੈਬਲਿਸ਼ ਕਰਾਂਗੇ। ਫਾਰਵਰਡ ਅਤੇ ਬੈਕਵਰਡ ਲਿੰਕੇਜ ਜਿਹੜੇ ਦੇਖਾਂਗੇ ਕਿ ਕਿਹੜੇ ਕਿਹੜੇ ਬੰਦੇ ਨੇ ਇਨਵੋਲਵ ਆਪਣੀ ਸਟੇਟ ਦੇ ਜਾਂ ਸਟੇਟ ਤੋਂ ਬਾਹਰ ਜਿੱਥੋਂ ਆ ਰਿਹਾ, ਉਹਨਾਂ 'ਤੇ ਵੀ ਐਕਸ਼ਨ ਕਰਾਂਗੇ। ਦੋ ਦਿਨ ਪਹਿਲਾਂ ਮਾਨਸਾ ਦੇ ਵਿੱਚ ਇੱਕ ਲੜਕੀ ਨਸ਼ੇ ਦੀ ਯੋਜਨਾ ਬਣੀ ਅਤੇ ਉਸ 'ਤੇ ਕੀ ਕਹੋਗੇ ਕੀ ਹੋਇਆ? ਜਿਹੜੇ ਵੀ ਇਹੋ ਜਿਹੇ ਕੇਸ ਨੇ ਜਿਨ੍ਹਾਂ 'ਚ ਡਰੱਗ ਓਵਰਡੋਜ਼ ਕਰਕੇ ਜਾਂ ਸਸਪੈਕਟਡ ਡਰੱਗ ਓਵਰਡੋਜ਼ ਕਰਕੇ ਡੈਥ ਹੈ, ਉਹਦੇ 'ਚ ਬੜੀਆਂ ਕਲੀਅਰ ਇੰਸਟਰਕਸ਼ਨ ਨੇ ਕਿ 304 ਦਾ ਪਰਚਾ ਦਰਜ ਹੋਣਾ ਕਿ ਜਿੱਥੋਂ ਉਹਨੂੰ ਸੋਰਸ ਆਫ ਡਰੱਗ ਸੀਗਾ ਉਹਨੂੰ ਐਸਟੈਬਲਿਸ਼ ਕਰਨ ਤੋਂ ਬਾਅਦ ਉਸ ਬੰਦੇ 'ਤੇ ਵੀ ਕਾਰਵਾਈ ਹੋਊਗੀ, ਜਿਹੜਾ ਉਹਨੂੰ ਨਸ਼ੇ ਵੱਲ ਲੈ ਕੇ ਗਿਆ ਉਸ 'ਤੇ ਵੀ ਕਾਰਵਾਈ ਹੋਊਗੀ। ਪੰਜਾਬ ਸਰਕਾਰ ਦੀਆਂ DGP ਸਾਹਿਬ ਦੀਆਂ ਬਹੁਤ ਸਟ੍ਰਿਕਟ ਇਹਦੇ 'ਚ ਇੰਸਟਰਕਸ਼ਨਸ ਨੇ ਅਤੇ ਉਹਨਾਂ ਦੀ ਇਨ ਬਿਨ ਅਸੀਂ ਫੋਲੋ ਕਰ ਰਹੇ ਹਾਂ। ਸਰ ਹੁਣ ਤੱਕ ਕੋਈ ਉਹਨਾਂ ਦੀ ਰਿਕਵਰੀ ਹੋਈ ਹੈ? ਨਹੀਂ, ਹਜੇ ਤੱਕ ਉਹਦੇ 'ਚ ਕੋਈ ਰਿਕਵਰੀ ਨਹੀਂ ਹੈ, ਉਹਦੀ ਤਫਤੀਸ਼ ਅਸੀਂ ਕਰ ਰਹੇ ਹਾਂ, ਤਫਤੀਸ਼ ਤੋਂ ਬਾਅਦ ਜਲਦੀ ਹੀ ਉਹਦੇ 'ਚ ਰਿਕਵਰੀ ਕਰਕੇ ਉਹ ਵੀ ਤੁਹਾਨੂੰ ਮੈਂ ਦੱਸ ਦੂੰ। ਸਰ ਜਿਹੜਾ ਡਰੱਗ ਗੋਲੀਆਂ ਖਰੀਦੀਆਂ ਸੀ ਉਹ ਗਾਹਾਂ 'ਤੇ ਵੀ ਇਨਕੁਆਇਰੀ? ਬਿਲਕੁਲ ਜੀ, ਜਿਵੇਂ ਮੈਂ ਕਿਹਾ ਕਿ ਫਾਰਵਰਡ ਅਤੇ ਬੈਕਵਰਡ ਲਿੰਕੇਜ ਦੋਨੋਂ ਹੋਣਗੇ, ਜਿੱਥੋਂ ਸਮਾਨ ਆਇਆ ਅਤੇ ਜਿੱਥੇ ਅੱਗੇ ਸਪਲਾਈ ਹੋਣਾ, ਉਹ ਦੋਨੋਂ ਪਾਸੇ ਕਾਰਵਾਈ ਹੋਊਗੀ।